サテシリカルどうと GK facts channel ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਪਟਵਾਰੀ ਦੇ ਪੇਪਰ ਦੀ ਰੈਗੂਲਰ ਤਿਆਰੀ ਕਰਵਾ ਰਹੇ ਹਾਂ ਤੇ ਰੋਜ਼ ਉਸ ਦੇ ਰਿਗਾਰਡਿੰਗ ਵੀਡੀਓ ਲੈ ਕੇ ਆਉਂਦੇ ਹਾਂ। ਤਾਂ ਦੋਸਤੋ ਅੱਜ ਵੀ ਮੈਂ ਤੁਹਾਡੇ ਨਾਲ ਕੰਪਿਊਟਰ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਲੈ ਕੇ ਆਏ ਹਾਂ ਜਿਸ ਦੇ ਵਿੱਚੋਂ ਹੁਣੇ ਜੋ ਪੀਐਸਐਸਬੀ ਨੇ ਪੀਟਰਪਲੱਸਬੀ ਨੇ ਅਸਿਸਟੈਂਟ ਸੁਪਰਡੈਂਟ ਜੇਲ ਦਾ ਪੇਪਰ ਦਿੱਤਾ ਲੱਤਾ ਹੈ ਉਸ ਦੇ ਵਿੱਚ ਇਸ ਟੌਪਿਕ ਦੇ ਵਿੱਚੋਂ ਤਿੰਨ ਪ੍ਰਸ਼ਨ ਆਏ ਹਨ। ਦੋਸਤੋ ਈਦਾ ਹੈ ਕਿ ਇਸ ਪਟਵਾਈ ਦੇ ਪੇਪਰ ਦੇ ਵਿੱਚ ਵੀ ਇਸ ਟਾਪਿਕ ਦੇ ਵਿੱਚੋਂ ਤਿੰਨ ਚਾਰ ਪ੍ਰਸ਼ਨ ਜ਼ਰੂਰ ਸੈੱਟ ਹੋ ਜਾਣਗੇ। ਦੋਸਤੋ ਅੱਜ ਦਾ ਟਾਪਿਕ ਹੈ ਫੁੱਲ ਫਾਰਮਸ। ਜਿਵੇਂ ਕਿ ਕਿਸੇ ਵੀ ਆਪਾਂ ਨੂੰ ਸ਼ਾਰਟ ਫਾਰਮ ਦਿੱਤੀ ਹੋਈ ਹੋਊਗੀ ਉਹਦੀ ਆਪਾਂ ਨੇ ਫੁੱਲ ਫਾਰਮ ਦੱਸਣੀ ਹੋਏਗੀ ਤੇ 20 ਪ੍ਰਸ਼ਨ ਲੈ ਕੇ ਆਇਆ ਤੇ ਇਹਦੇ ਵੀ ਆਪਾਂ ਪਾਰਟਸ ਦੇ ਵਿੱਚ ਸਾਰੀਆਂ ਫੁੱਲ ਫਾਰਮਸ ਕਵਰ ਕਰਾਂਗੇ। ਫੁੱਲ ਫਾਰਮਸ ਬਹੁਤ ਆ ਦੋਸਤੋ 100 ਤੋਂ 800 ਇੰਪੋਰਟੈਂਟ ਫੁੱਲ ਫਾਰਮ ਹੈ ਜਿਹੜੀ ਕੰਪਿਊਟਰ ਦੀ ਆਪਾਂ ਨੇ ਕਵਰ ਕਰਨੀਆਂ ਤੇ ਆਪਾਂ ਇਸ ਮਤਲਬ ਕਿ ਇਸ ਪਾਰਟਸ ਦੇ ਵਿੱਚ ਵੀਡੀਓ ਦੇ ਵਿੱਚ ਕਵਰ ਕਰਾਂਗੇ। ਤੇ ਦੋਸਤੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈ ਨੇ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਨਾ ਤੇ ਦੋਸਤੋ ਆਪਾਂ ਸ਼ੁਰੂ ਕਰਦੇ ਆਂ ਪਹਿਲਾ ਪ੍ਰਸ਼ਨ ਹੈ ਬਟ ਇਸ ਦੀ ਫੁੱਲ ਫਾਰਮ ਆਫ OCR OCR ਦੀ ਫੁੱਲ ਫਾਰਮ ਕੀ ਹੈ ਤੇ OCR ਦੀ ਦੋਸਤੋ ਹੈਗੀ ਫੁੱਲ ਫਾਰਮ ਤੁਹਾਡੇ ਸਾਹਮਣੇ অপਸ਼ਨ ਆਤੀ ਹੋਈਆਂ ਤੇ ਸਹੀ ਅਨਸਰ ਹੈਗਾ ਆਪਟੀਕਲ ਕੈਰੈਕਟਰ ਰਿਕੋਗਨਾਈਜੇਸ਼ਨ ਇਹਦੀ ਫੁੱਲ ਫਾਰਮ ਆ ਦੋਸਤੋ OCR ਦੀ ਬਹੁਤ ਇੰਪੋਰਟੈਂਟ ਕੁਐਸਚਨ ਆ ਦੋਸਤੋ ਸਾਰੇ ਹੀ ਕੁਐਸਚਨ ਇੰਪੋਰਟੈਂਟ ਆ ਧਿਆਨ ਦੇ ਕੇ ਤੁਸੀਂ ਐਨ ਪੂਰਾ ਧਿਆਨ ਲਾ ਕੇ ਸੁਣਨੇ ਆ ਤੇ ਵੀਡੀਓ ਦੀ ਰਿਵੀਜ਼ਨ ਕਰਨੀ ਆ ਤੁਸੀਂ ਠੀਕ ਹੈ ਨਾ ਅ ਅੱਗੇ ਚੱਲਦੇ ਪ੍ਰਸ਼ਨ ਦੂਜਾ ਆ ਗਿਆ ਵਟ ਇਸ ਦੀ ਫੁੱਲ ਫਾਰਮ ਆਫ ਵਾਈਫਾਈ ਤਾਂ ਦੋਸਤੋ ਵਾਈਫਾਈ ਇਹ ਵਾਇਰਲੈਸ ਟੈਕਨੋਲੋਜੀ ਨਾਲ ਜੁੜਿਆ ਹੋਇਆ ਕੁਐਸਚਨ ਆ ਤੁਹਾਡੇ ਉਹ ਸਬਜੈਕਟ ਉਹਦੇ ਵਿੱਚ ਸਬਜੈਕਟ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਵਾਇਰਲੈਸ ਇੱਕ ਟਾਪਿਕ ਆ ਉਹਦੇ ਵਿੱਚ ਦੋਸਤੋ ਇਹ ਕੁਐਸਚਨ ਪੂਰਾ ਪੂਰਾ ਚਾਂਸ ਦਾ ਸੈੱਟ ਹੋਣ ਦੇ ਤਾਂ ਵਾਈਫਾਈ ਦੇ ਫੁੱਲ ਫਾਰਮ ਕੀ ਆ ਤਾਂ ਵਾਇਰਲੈਸ ਫਾਇਡੇਲਿਟੀ ਵਾਇਰਲੈਸ ਫਾਇਡੇਲਿਟੀ ਇਹਦੀ ਫੁੱਲ ਫਾਰਮ ਹੈ ਵਾਈਫਾਈ ਦੀ ਅੱਗੇ ਗੱਲ ਕਰਦੇ ਆ ਪ੍ਰਸ਼ਨ ਆ ਗਿਆ ਤੀਜਾ what is the full form of omr ਦੋਸਤੋ omr ਦੀ ਫੁੱਲ ਫਾਰਮ ਪੁੱਛੀ ਗਈ ਆ ਤਾਂ ਆਪਸ਼ਨ ਆ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ optical mark reader ਸੌਰੀ optical mark reader ਠੀਕ ਹੈ ਨਾ b ਆਪਸ਼ਨ ਜਾਣੀਗੀ ਠੀਕ ਹੈ ਨਾ ਅੱਗੇ ਚੱਲਦੇ ਆ ਪ੍ਰਸ਼ਨ ਆ ਗਿਆ ਤੀਜਾ what is the full form of pde ਤਾ ਦੋਸਤੋ ਇਸ ਸਵਾਲ ਲਈ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਸਹੀ ਆਨਸਰ ਹੈਗਾ ਪਰਸਨਲ ਡਿਜੀਟਲ ਅਸਿਸਟੈਂਟ ਠੀਕ ਹੈ ਨਾ ਯਾਦ ਰੱਖਣਾ ਹੈ ਪੀਡੀਏ ਦੀ ਫੁੱਲ ਫਾਰਮ ਪਰਸਨਲ ਡਿਜੀਟਲ ਅਸਿਸਟੈਂਟ ਅੱਗੇ ਚੱਲਦੇ ਪ੍ਰਸ਼ਨ ਆ ਗਿਆ ਪੰਜਮ ਵਟ ਇਜ਼ ਦੀ ਫੁੱਲ ਫਾਰਮ ਆਫ ਵਾ ਐਨ ਤਾਂ ਦੋਸਤੋ ਚਾਰ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਵਾਈਡ ਏਰੀਆ ਨੈਟਵਰਕ ਬਹੁਤ ਹੀ ਇੰਪੋਰਟੈਂਟ ਹੈ ਦੋਸਤੋ ਇਹ ਨੈਟਵਰਕ ਰਿਲੇਟਡ ਮਤਲਬ ਕਿ ਸ਼ਾਰਟ ਫਾਰਮ ਆ ਜੋ ਤੁਹਾਡੇ ਸਾਹਮਣੇ ਲੈ ਕੇ ਆਏ ਮਤਲਬ ਕਿ ਮੈਂ ਸ਼ਾਰਟ ਫਾਰਮਸ ਵੀ ਦੋਸਤੋ ਫੁੱਲ ਫਾਰਮਸ ਜੋ ਵੀ ਇਹ ਲੈ ਕੇ ਆਏ ਆ ਇਹ ਵੀ ਮੈਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਦੇਖ ਕੇ ਲੈ ਕੇ ਆਏ ਆ ਵੀ ਨੈਟਵਰਕ ਰਿਲੇਟਡ ਤੁਹਾਨੂੰ ਮਿਲਣਗੇ ਇਹਦੇ ਵਿੱਚ ਤੇ ਤੁਹਾਨੂੰ ਜੋ ਵੀ ਹੈ ਮਤਲਬ ਕਿ ਪਿੱਛੇ ਦਿਖਾਈਆ ਡਿਸਕਸ ਕੀਤਾ ਉਹਦਾਂ ਦੀਆਂ ਸਾਰੀਆਂ ਹੋਣਗੀਆਂ ਜੋ ਤੁਹਾਡੇ ਸਿਲੇਬਸ ਹੈ ਠੀਕ ਹੈ ਨਾ ਅੱਗੇ ਚੱਲਦੇ ਹਾਂ ਪ੍ਰਸ਼ਨ ਆ ਗਿਆ 6 ਵਾਟ ਇਜ਼ ਦੀ ਫੁੱਲ ਫਾਰਮ ਆਫ ਐਸ ਐਮ ਐਸ ਤਾਂ ਆਪਸ਼ਨਾਂ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਸ਼ਾਰਟ ਮੈਸੇਜ ਸਰਵਿਸ ਠੀਕ ਹੈ ਨਾ ਅੱਗੇ ਚੱਲਦੇ ਹਾਂ ਪ੍ਰਸ਼ਨ 7 ਵਾਟ ਇਜ਼ ਦੀ ਫੁੱਲ ਫਾਰਮ ਆਫ ਓ ਐਨ ਈ ਠੀਕ ਹੈ ਨਾ ਜਾਨੀ ਕਿ ਬਨ ONE ਦੀ ਫੁੱਲ ਫਾਰਮ ਕੀ ਹੈ ਤਾਂ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਓਪਨ ਨੈਟਵਰਕ ਆਰਕੀਟੈਕਚਰ ਠੀਕ ਹੈ ਨਾ ਫੁੱਲ ਫਾਰਮ ਆ ONE ਵਨ ਦੀ ਤੇ बटे ਦੀ ਫੁੱਲ ਫਾਰਮ ਆ ISDN ਤਾਂ ਦੋਸਤੋ ਇਸ ਸਵਾਲੀ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਸਹੀ ਉੱਤਰ ਹੈਗਾ ਦੋਸਤੋ ਇੰਟੀਗ੍ਰੇਟਿਡ ਸਰਵਿਸ ਡਿਜੀਟਲ ਨੈਟਵਰਕ ਠੀਕ ਹੈ ਨਾ ਯਾਦ ਰੱਖਣਾ ਇੰਟੀਗ੍ਰੇਟਿਡ ਸਰਵਿਸ ਡਿਜੀਟਲ ਨੈਟਵਰਕ ਅੱਗੇ ਗੱਲ ਕਰਦੇ ਆ ਪ੍ਰਸ਼ਨ ਆ ਗਿਆ ਨਵਾਂ ਬਟਿਸ ਦੀ ਫੁੱਲ ਫਾਰਮ ਆਫ ਮੈਨ ਤਾਂ ਦੋਸਤੋ ਇਸ ਸਵਾਲ ਦੇ ਵਿੱਚ অপਸ਼ਨ ਆ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਮੈਟਰੋਪੋਲੀਟਨ ਏਰੀਆ ਨੈਟਵਰਕ ਦੋਸਤੋ ਮੈਨ ਬੈਨ ਤੇ ਲੈਨ ਤਿੰਨ ਕੁਐਸਚਨ ਆ ਤਿੰਨ ਦੀ ਫੁੱਲ ਫਾਰਮ ਤੁਸੀਂ ਪੱਕੀ ਰੱਟ ਲੈਣੀ ਆ ਪੂਰੇ ਪੂਰੇ ਚਾਂਸ ਆ ਇਸ ਵਾਰੀ ਆਣ ਦੇ ਠੀਕ ਹੈ ਨਾ ਇਹ ਹੈ ਗਿਆ ਇਹਦਾ मेट्रोपॉलिटन एरिया नेटवर्क बान दी आपा ऊपर डिस्कस ਕਰ ਚੁੱਕੇ ਆ ਵਾਈਡ एरिया नेटवर्क ਤੇ ਲਾਨ ਲੀਏ ਐਨ ਦੀ ਮੈਂ ਸ਼ਾਇਦ ਐਲੀਏਨ ਇਸ ਵੀਡੀਓ ਦੇ ਵਿੱਚ ਨਹੀਂ ਲੈ ਕੇ ਆਇਆ ਅਗਲੀ ਵੀਡੀਓ ਚ ਆ ਜਾਏਗਾ ਐਲੀਏਨ ਦੀ ਫੁੱਲ ਫਾਰਮ ਹੁੰਦੀ ਆ ਲੋਕਲ ਏਰੀਆ ਨੈਟਵਰਕ ਠੀਕ ਹੈ ਨਾ ਅੱਗੇ ਗੱਲ ਕਰਦੇ ਆ ਪ੍ਰਸ਼ਨ 10ਵਾਂ ਬਟ ਇਹਦੀ ਫੁੱਲ ਫਾਰਮ ਆ ਆਫ ਸੀਡੀ ਦੋਸਤੋ ਤੁਹਾਡੇ ਆਪਣਾ ਜੋ ਜੇਲ ਸੁਪਰਡੈਂਟ ਦਾ ਅਸਿਸਟੈਂਟ ਜੇਲ ਸੁਪਰਡੈਂਟ ਦਾ ਪੇਪਰ ਹੋਇਆ ਉਸ ਦੇ ਵਿੱਚ ਵੀ ਇਹ ਪ੍ਰਸ਼ਨ ਆਇਆ ਸੀ ਸੀਡੀ ਸੀਡੀ ਰੋਮ ਆਇਆ ਸੀ ਉਸ ਦੇ ਵਿੱਚ ਉਦੀ ਫੁੱਲ ਫਾਰਮ ਪੁੱਛੀ ਗਈ ਸੀ ਠੀਕ ਹੈ ਨਾ ਸੀਡੀ ਦੀ ਫੁੱਲ ਫਾਰਮ ਹੈਗੀ ਕੰਪੈਕਟ ਡਿਸਕ ਇਸ ਸਵਾਲ ਦਾ ਸਹੀ ਉੱਤਰ ਹੈਗਾ ਕੰਪੈਕਟਡ ਡਿਸਕ ਤੇ ਰੋਮ ਦੀ ਤੁਹਾਨੂੰ ਪਤਾ ਹੀ ਹੈ ਰੀਡ ਓਨਲੀ ਮੈਮਰੀ ਹੁੰਦਾ ਠੀਕ ਹੈ ਨਾ ਕੰਪੈਕਟਡ ਡਿਸਕ ਰੈਡ ਓਨਲੀ ਮੈਮਰੀ ਠੀਕ ਹੈ ਨਾ ਅੱਗੇ ਚੱਲਦੇ ਆਂ ਪ੍ਰਸ਼ਨ ਆ ਗਿਆ ਸੌਰੀ ਇਹ ਥੋੜੀ ਆਪਣੀ ਗਿਣਤੀ ਗਲਤ ਹੋ ਗਈ 11ਵਾਂ ਪ੍ਰਸ਼ਨ ਸੀ ਇਹ 11ਵਾਂ ਪ੍ਰਸ਼ਨ ਆ ਤੇ what is the full form of PDF PDF ਦੀ ਫੁੱਲ ਫਾਰਮ ਕੀ ਹੈ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਪੋਰਟੇਬਲ ਡਾਕੂਮੈਂਟ ਫਾਰਮੈਟ PDF ਦੀ ਫੁੱਲ ਫਾਰਮ ਹੈ ਤੇ ਅੱਗੇ ਚੱਲਦੇ ਹਾਂ what is the full form of USB USB ਦੋਸਤੋ ਇਸ ਵਾਲੇ অপਸ਼ਨਸ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਯੂਨੀਵਰਸਲ ਸੀਰੀਅਲ ਬੱਸ ਅੱਗੇ ਚੱਲਦੇ ਹਾਂ ਅੱਗੇ ਆ ਗਿਆ ਪ੍ਰਸ਼ਨ 13ਵਾਂ what is the full form of IC Computer, circuit, ICD ਫੁੱਲ ਫਾਰਮ ਕੀ ਆਏ ਕੰਪਿਊਟਰ ਭਾਸ਼ਾ ਦੇ ਵਿੱਚ ਤਾਂ ਦੋਸਤੋ ਇੰਟੀਗ੍ਰੇਟਿਡ ਸਰਕਟ ਇਸ ਦੀ ਫੁੱਲ ਫਾਰਮ ਹੈ ICD ਠੀਕ ਹੈ ਨਾ ਆਪਸ਼ਨ D ਅੱਗੇ ਗੱਲ ਕਰਦੇ ਆਂ ਪ੍ਰਸ਼ਨ 14ਵਾਂ ਬਟੇ ਦੀ ਫੁੱਲ ਫਾਰਮ ਆਫ SMTP ਤਾਂ ਦੋਸਤੋ ਇਹ ਸਵਾਲ ਬਹੁਤ ਹੀ ਇੰਪੋਰਟੈਂਟ ਹੈ ਮੈਨੂੰ ਵੀ ਕਈ ਵਾਰੀ ਪੇਪਰਾਂ ਦੇ ਵਿੱਚ ਰਿਪੀਟ ਹੋ ਚੁੱਕਿਆ ਸੀ ਇਹ ਪ੍ਰਸ਼ਨ ਜਦ ਵੀ ਕੰਪਿਊਟਰ ਦਾ ਉਹ ਮਤਲਬ ਕਿ ਸਬਜੈਕਟ ਹੁੰਦਾ ਸੀ ਪੇਪਰ ਦੇ ਵਿੱਚ ਇਹ ਕੁਐਸਚਨ ਮੋਸਟਲੀ ਆਉਂਦਾ ਰਿਹਾ ਤਾਂ ਇਹ ਸਵਾਲ ਦਾ ਸਹੀ ਉੱਤਰ ਹੈਗੇ ਦੋਸਤੋ ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ ਯਾਨੀ ਕਿ অপਸ਼ਨ ਸੀ கரெક્ટ ਆ ਠੀਕ ਹੈ ਨਾ ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 15ਵਾਂ ਵਟ ਇਜ਼ ਦੀ ਫੁੱਲ ਫਾਰਮ ਆਫ ਐਚਟੀਟੀਪੀ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਯਾਨੀ ਕਿ অপਸ਼ਨ ਸੀ ਇਸ ਦਾ ਸਹੀ ਆਨਸਰ ਹੈ ਠੀਕ ਹੈ ਨਾ ਇਹਦੇ ਮਗਰ ਦੋਸਤੋ ਐਚਟੀਟੀਪੀ ਦੇ ਨਾਲ ਤੁਹਾਨੂੰ ਇੱਕ ਐਸ ਲਗਾ ਦਿੱਤਾ ਜਾਵੇਗਾ ਛੋਟਾ ਜਿਹਾ ਤੇ ਐਸ ਬਾਰੇ ਪੁੱਛ ਲਿਆ ਜਾਵੇਗਾ ਐਸ ਦੀ ਐਸ ਦਾ ਕੀ ਮਤਲਬ ਆ ਤਾ ਦੋਸਤੋ ਚਾਰ ਆਪਸ਼ਨਾਂ ਦੇ ਦਿੱਤੀਆਂ ਜਾਣਗੀਆਂ ਉਸ ਦਾ ਐਸ ਦਾ ਮਤਲਬ ਹੈਗਾ ਸਿਕਿਓਰ ਠੀਕ ਹੈ ਨਾ ਯਾਦ ਰੱਖਣਾ ਉੱਥੇ ਐਸ ਦਾ ਵੀ ਇਦਾਂ ਜਿਹੀ ਪ੍ਰਸ਼ਨ ਬਣਾ ਦਿੱਤਾ ਜਾਵੇਗਾ ਐਚਟੀਟੀਪੀਐਸ ਐਸ ਦੇ ਵਿੱਚ ਐਸ ਦਾ ਮਤਲਬ ਕੀ ਹੈ ਤਾਂ ਐਸ ਦਾ ਮਤਲਬ ਹੈ ਸਿਕਿਓਰ ਠੀਕ ਹੈ ਨਾ ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਆ ਗਿਆ 16ਵਾਂ ਬਟ ਇਹਦੀ ਫੁੱਲ ਫਾਰਮ ਆਫ ਈਈ ਪ੍ਰੋਮ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਇਲੈਕਟ੍ਰਿਕਲੀ ਅਰੇਜ਼ੇਬਲ ਰੀਡ-ਓਨਲੀ ਮੈਮਰੀ ਠੀਕ ਹੈ ਨਾ ਅ ਜਿਆਦਾ ਰੱਖਣਾ ਇੰਪੋਰਟੈਂਟ ਕੁਐਸਚਨ ਹੈ ਤੇ 17ਵਾਂ ਪ੍ਰਸ਼ਨ ਬਟ ਇਸ ਫੁੱਲ ਫਾਰਮ ਬਟ ਇਸ ਦੀ ਫੁੱਲ ਫਾਰਮ ਆਫ ਐਸਓਏਪ ਇਹ ਉਹ ਸੋਪ ਨਹੀਂ ਜਿੰਨਾ ਪਹਨਣ ਲੱਗ ਜਾਂਦੇ ਕਿ ਤੇ ਉਹ ਸੋਚਣ ਲੱਗ ਜੇ ਦੋਸਤੋ ਇਹ ਸੋਪ ਆ ਨੈਟਵਰਕ ਉਹਦੇ ਵਿੱਚ ਕੰਪਿਊਟਰ ਦੇ ਨੈਟਵਰਕ ਰਿਲੇਟਡ ਆ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਸਿੰਪਲ ਆਬਜੈਕਟ ਅਸੈਸ ਪ੍ਰੋਟੋਕੋਲ ਠੀਕ ਹੈ ਨਾ ਜਾਨੀ ਕਿ ਆਪਸ਼ਨ ਡੀ ਅੱਗੇ ਗੱਲ ਕਰਦੇ ਆ ਪ੍ਰਸ਼ਨ 18ਵਾਂ ਬਟ ਇਸ ਦੀ ਫੁੱਲ ਫਾਰਮ ਆਫ ਰੋਮ ਤਾਂ ਦੋਸਤੋ ਰੋਮ ਦੀ ਫੁੱਲ ਫਾਰਮ ਤਾਂ ਉਹਨੂੰ ਪਤਾ ਹੀ ਹੋਣਾ ਚਾਹੀਦਾ ਸਾਰਿਆਂ ਨੂੰ ਰੀਡ ਓਨਲੀ ਮੈਮਰੀ ਠੀਕ ਹੈ ਨਾ ਆਰੀਡ ਰੀਡ ਓਨਲੀ ਮੈਮਰੀ ਠੀਕ ਹੈ ਨਾ ਤਾਂ ਬਟ ਇਸ ਦੀ ਫੁੱਲ ਫਾਰਮ ਆਫ ਆਈ ਐਸ ਪੀ ਅਗਲਾ ਪ੍ਰਸ਼ਨ 19ਵਾਂ ਆਈ ਐਸ ਪੀ ਦੀ ਫੁੱਲ ਫਾਰਮ ਕੀ ਹੈ ਆਈ ਐਸ ਪੀ ਦੀ ਦੋਸਤੋ ਫੁੱਲ ਫਾਰਮ ਹੈ ਇੰਟਰਨੈਟ ਸਰਵਿਸ ਪ੍ਰੋਵਾਈਡਰ ਠੀਕ ਹੈ ਨਾ ਸੌਰੀ ਇੰਟਰਨੈਟ ਸਰਵਿਸ ਪ੍ਰੋਵਾਈਡਰ ਏ ਆਪਸ਼ਨ ਹੈ ਅੱਗੇ ਗੱਲ ਕਰਦੇ ਆ ਪ੍ਰਸ਼ਨ ਬੀਮਾ ਬਟ ਇਸ ਦੀ ਫੁੱਲ ਫਾਰਮ ਆਫ ਮੈਕ ਤਾਂ ਦੋਸਤੋ ਮੈਕ ਦੀ ਫੁੱਲ ਫਾਰਮ ਦੱਸਣੀ ਹੈ ਤਾਂ ਮੈਕ ਦੀ ਫੁੱਲ ਫਾਰਮ ਹੈਗੀ ਹੈ ਮੀਡੀਆ ਅਸੈਸ ਕੰਟਰੋਲ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇਹ 20 ਸੀ ਤੇ ਆਪਾਂ ਅੱਗੇ ਵੀ ਇਹ ਸਾਰੀਆਂ ਆਪਾਂ ਨੇ ਕਵਰ ਕਰਨੀਆਂ ਹੈ ਲਗਭਗ 150 200 ਆਪਾਂ ਨੇ ਕਵਰ ਕਰਨੀਆਂ ਮੈਂ ਪਾਰਟਸ ਦੇ ਵਿੱਚ ਵੀਡੀਓ ਲੈ ਕੇ ਆਉਂਦਾ ਰਹਾਂਗਾ ਠੀਕ ਹੈ ਨਾ ਜਾਂ ਤਾਂ ਜੋ ਤੁਹਾਡਾ ਵੀ ਇੰਟਰਸਟ ਬਣਿਆ ਰਹੇ ਬਹੁਤ ਹੀ ਲੰਬੀ ਵੀਡੀਓ ਖਿੱਚ ਲੈ ਜੂਗਾ ਤਾਂ ਤੁਹਾਡਾ ਇੰਟਰਸਟ ਖਤਮ ਹੋ ਜਾਏਗਾ ਮੈਂ ਤੁਹਾਨੂੰ ਇੰਟਰਸਟ ਦਾ ਪੜਾਉਣਾ ਹੈ ਜੋ ਵੀ ਪੜਾਉਣਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬੱਦ ਤੋਂ ਬੱਦ ਕੈਂਡੀਡੇਟ ਆਪਣੇ ਇਸ ਚੈਨਲ ਦੇ ਉੱਤੇ ਜੋੜੋ ਤਾਂ ਜੋ ਆਪਾਂ ਬੱਕੋਵੱਖ ਸਾਰੇ ਸਬਜੈਕਟਾਂ ਦਾ ਜੋ ਤੁਹਾਡਾ ਪਟਵਾਰੀ ਦੇ ਰਿਲੇਟਡ ਸਾਰੇ ਸਬਜੈਕਟਾਂ ਉਹਨਾਂ ਦੀ ਤਿਆਰੀ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਰੈਗੂਲਰ ਕਰਾਉਂਦੇ ਰਹੀਏ ਧੰਨਵਾਦ ਉਸਤੋਂ